जहाँ बरकतें मिलती हैं, जहाँ बरकतें मिलती हैं, आओ खुदावंद के घर चले। जहाँ नेमतें मिलती हैं, जहाँ नेमतें मिलती हैं, आओ खुदावंद के घर चले। रोंदे जेड़े आए यसू को लखा खुशियां पा गए, रोंदे जेड़े आए यसू को लखा खुशियां पा गए, रोंदे जेड़े आए यसू को ओ लखा खुशियां पा गए, रोंदे जेड़े आए यसू को लखा खुशियां पा गए। मरदे खुशियां पा गए, रोंदे जेड़े आए यसू को लखा खुशियां पा गए। खुशियां पा गए, लखा खुशियां पा गए, लखा खुशियां पा गए। मसीह च मेरे प्यारे भेणों ते भराओ ते बच्चियो, खुदा दी बरकत नूं सदके, खुदा दे प्यार सदके, अज असी इस वक्त ਖੁਦਾ ਦੇ ਹਜ਼ੂਰੀ ਦੇ ਵਿੱਚ ਧੰਨਵਾਦ ਦੀ ਪੇਂਟ ਚੜਾਉਣ ਲਈ ਆਏ ਹਾਂ। ਆਪਣੇ ਦਿਲ ਨੂੰ, ਆਪਣੇ ਮਨ ਨੂੰ ਖੁਦਾ ਵੱਲ ਸੌਂਪ ਦੇਈਏ। ਸਾਰੀਆਂ ਬਰਕਤਾਂ ਦਾ ਸੋਮਾ
ਜੋ ਸਾਡੀ ਜ਼ਿੰਦਗੀ ਦੇ ਵਿੱਚ ਸਾਡੇ ਜੀਵਨ ਦੇ ਵੱਖ ਵੱਖ ਪੜਾਵ ਦੇ ਵਿੱਚ ਉਹਨੇ ਮਦਦ ਸਹਾਇਤਾ ਕੀਤੀ। ਪ੍ਰਭੂ ਦੇ ਅੱਗੇ ਧੰਨਵਾਦ ਦੀ ਸ਼ੁਕਰਗੁਜ਼ਾਰੀ ਦੀ ਪੇਂਡ ਆਓ ਅਸੀਂ ਆਪਣੇ ਪਰਿਵਾਰ ਨਾਲ ਮਿਲ ਕੇ ਆਪਣੇ ਭੈਣ ਭਰਾਵਾਂ ਨਾਲ ਮਿਲ ਕੇ ਖੁਸ਼ੀ ਦੇ ਨਾਲ ਖੁਦਾ ਦੇ ਅੱਗੇ ਚੜਾਈਏ। ਬਾਪ ਅਤੇ ਬੇਟੇ ਅਤੇ ਰੂਹ ਪਾਕ ਦੇ ਨਾਂ ਉੱਤੇ ਆਮੀਨ। ਸਾਡੇ ਪ੍ਰਭੂ ਯਿਸੂ ਮਸੀਹ ਦਾ ਫਜ਼ਲ, ਖੁਦਾ ਬਾਪ ਦਾ ਪ੍ਰੇਮ ਅਤੇ ਰੂਹ ਪਾਕ ਦੀ ਸਾਂਝ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਆਓ ਅਸੀਂ ਖੁਦਾ ਦੀ ਹਜ਼ੂਰੀ ਨੂੰ ਮਹਿਸੂਸ ਕਰੀਏ। ਇੱਕ ਪਲ ਆਪਣੇ ਅੱਖਾਂ ਨੂੰ ਬੰਦ ਰੱਖੀਏ। ਇਹ ਸਮਾਂ ਦੇਣ ਵਾਲਾ ਖੁਦਾ ਸਾਨੂੰ ਕੁਝ ਕਹਿ ਰਿਹਾ। ਪ੍ਰਭੂ ਦੇ ਨਾਲ ਵਿਦਾਉਣ ਦੇ ਲਈ, ਪ੍ਰਭੂ ਦੇ ਵਿੱਚ ਰਹਿਣ ਦੇ ਲਈ ਪ੍ਰਭੂ ਅੱਜ ਦਾ ਦਿਨ ਸਾਨੂੰ ਇਹ ਮੌਕਾ ਦੇ ਰਿਹਾ। ਹਰੇਕ ਇਨਸਾਨ ਦੇ ਮਨ ਵਿੱਚ ਕਈ ਵਾਰੀ ਇੱਕ ਸਵਾਲ ਆਉਂਦੇ ਆ, ਜਦੋਂ ਅਸੀਂ ਪਰਿਵਾਰ ਦੇ ਵਿੱਚ ਹਾਂ, ਕੰਮਾਂ ਕਾਰਾਂ ਦੇ ਖੇਤਰ ਦੇ ਵਿੱਚ ਹਾਂ, ਜੇਕਰ ਕੋਈ ਸਾਨੂੰ ਅਧਿਕਾਰ ਦੇ ਨਾਲ ਗੱਲਬਾਤ ਕਰੇ, ਉਹਨਾਂ ਦੇ ਅੱਗੇ ਅਸੀਂ ਸਵਾਲ ਪੁੱਛਦੇ ਹਾਂ ਕਿ ਤੁਹਾਨੂੰ ਇਹ ਸਭ ਕਰਨ ਨੂੰ ਅਧਿਕਾਰ ਕਿੱਥੋਂ ਮਿਲਿਆ, ਕਿਸ ਅਧਿਕਾਰ 'ਤੇ ਤੁਸੀਂ ਇਹ ਸਾਰਾ ਕੁਝ ਕਰਦੇ ਹੋ। ਪ੍ਰਭੂ ਯਿਸੂ ਮਸੀਹ ਦੇ ਸਾਹਮਣੇ ਵੀ ਇਹੀ ਸਵਾਲ ਆਏ, ਕਿਸ ਅਧਿਕਾਰ ਦੇ ਨਾਲ ਤੁਸੀਂ ਇਹ ਸਭ ਕੁਝ ਕਰ ਰਹੇ ਹੋ। ਅਸਾਂ ਸਾਰਿਆਂ ਨੂੰ ਹੁਣ ਪਤਾ ਕਿ ਖੁਦਾ ਬਾਪ ਨੇ ਅਸਾਂ ਸਾਰਿਆਂ ਨੂੰ ਬਚਾਉਣ ਦੇ ਲਈ ਯਿਸੂ ਮਸੀਹ ਨੂੰ ਸੰਸਾਰ ਦੇ ਵਿੱਚ ਘੱਲਿਆ। ਪ੍ਰਭੂ ਯਿਸੂ ਮਸੀਹ ਇੱਕ ਬੇਟਾ ਹੋ ਕੇ ਬਾਪ ਦੀ ਮਰਜ਼ੀ ਪੂਰੀ ਕਰਨ ਆਏ ਹਾਂ। ਉਹ ਅਧਿਕਾਰ ਦੇ ਨਾਲ ਪ੍ਰਭੂ ਲੋਕਾਂ ਨੂੰ ਪਛਤਾਵੇ ਦਾ ਪੈਗਾਮ ਸੁਣਾਉਣ ਲਈ, ਖੁਦਾ ਦੇ ਰਾਜ ਦੇ ਵਿੱਚ ਦਾਖਲ ਕਰਾਉਣ ਦੇ ਲਈ ਆਪਣੀ ਜਾਨ ਤੱਕ ਕੁਰਬਾਨ ਕਰਨ ਨੂੰ ਤਿਆਰ ਹੋ ਕੇ ਆਏ ਨੇ। ਉਹੀ ਪ੍ਰਭੂ ਯਿਸੂ ਮਸੀਹ ਦੇ ਅੱਗੇ ਇਹ ਸਵਾਲ ਪੁੱਛਿਆ ਗਿਆ। ਯਿਸੂ ਮਸੀਹ ਉਲਟ ਉਹਨਾਂ ਦੇ ਅੱਗੇ ਸਵਾਲ ਪੁੱਛਿਆ, ਤੁਹਾਡੇ ਵਿੱਚ ਯੋਹੰਨਾ ਬਪਤਿਸਮਾ ਦੇਣ ਵਾਲੇ ਵੀ ਬਪਤਿਸਮਾ ਦਿੰਦਾ ਰਿਹਾ, ਉਹ ਕਿਸ ਅਧਿਕਾਰ ਨਾਲ, ਉਹ ਬਪਤਿਸਮਾ ਸੁਰਗ ਤੋਂ ਜਾਂ ਮਨੁੱਖਾਂ ਤੋਂ? ਯਿਸੂ ਮਸੀਹ ਸਾਫ਼ ਉਹਨਾਂ ਨੂੰ ਕਿਹਾ, ਤੁਸੀਂ ਗਲਤ ਨਹੀਂ ਹੋ, ਕਿਉਂਕਿ ਨਾ ਤਾਂ ਤੁਹਾਨੂੰ ਖੁਦਾ ਦੇ ਵਚਨ 'ਤੇ, ਲਿਖਤਾਂ 'ਤੇ, ਪਵਿੱਤਰ ਲਿਖਤਾਂ 'ਤੇ ਗਿਆਨ ਹੈ ਅਤੇ ਨਾ ਤਾਂ ਤੁਹਾਨੂੰ ਖੁਦਾ ਦੀ ਸ਼ਕਤੀ 'ਤੇ। ਸ਼ਾਇਦ ਇਹ ਗੱਲ ਸਾਡੇ 'ਤੇ ਵੀ ਲਾਗੂ ਹੈ। ਇਹ ਸਵਾਲ ਪੁੱਛੀ, ਸਾਨੂੰ ਖੁਦਾ ਦੇ ਪਵਿੱਤਰ ਲਿਖਤਾਂ 'ਤੇ ਪੂਰਨ ਗਿਆਨ ਹੈ ਜਾਂ ਸਾਨੂੰ ਖੁਦਾ ਦੀ ਸ਼ਕਤੀ 'ਤੇ ਪੂਰਨ ਭਰੋਸਾ ਹੈ? ਭਾਵੇਂ ਅਸੀਂ ਪਾਕਮਾ ਸੀ ਗੁਰਬਾਣੀ 'ਚ ਭਾਗ ਵੀ ਲੈ ਰਹੇ ਹਾਂ, ਇਹ ਦੋ ਗੱਲਾਂ ਵੱਲ ਧਿਆਨ ਦੇਈਏ ਅਤੇ ਸੋਚੀਏ ਕਿ ਮੈਂ ਪਵਿੱਤਰ ਲਿਖਤਾਂ ਨੂੰ ਜਾਣਨ ਦੀ ਕੋਸ਼ਿਸ਼ ਕਰਦਾ ਕਿ ਨਹੀਂ, ਮੈਂ ਪ੍ਰਭੂ ਦੀ ਸ਼ਕਤੀ 'ਤੇ ਪੂਰਨ ਭਰੋਸਾ ਰੱਖਦਾ ਕਿ ਨਹੀਂ। ਸਾਡੇ ਜੀਵਨ ਦੇ ਵਿੱਚ ਇਹੋ ਜਿਹਾ ਬਹੁਤ ਸਮਾਂ ਹੋਣਗੇ ਜਿੱਥੇ ਅਸੀਂ ਪ੍ਰਭੂ ਦੇ ਲਿਖਤਾਂ ਨੂੰ, ਪਵਿੱਤਰ ਲਿਖਤਾਂ ਨੂੰ ਬਹੁਤੀ ਵਾਰੀ ਭੁੱਲ ਕੇ ਅਣਜਾਣੇ ਦੇ ਵਿੱਚ ਸਵਾਲ ਪੁੱਛਦੇ ਹੋਣ। ਖੁਦਾ ਦੇ ਦਾਸਾਂ ਨੇ ਸ਼ੁਰੂ ਤੋਂ ਲੈ ਕੇ ਖੁਦਾ ਦੀਆਂ ਗੱਲਾਂ ਇਨਸਾਨ ਦੇ ਮਨਾਂ 'ਚ, ਇਨਸਾਨ ਦੀ ਜ਼ਿੰਦਗੀ ਦੇ ਵਿੱਚ ਲਿਆਉਣ ਦੀ ਕੋਸ਼ਿਸ਼ ਕੀਤੀ ਸੀ। ਇਹੀ ਇਨਸਾਨ ਖੁਦਾ ਦੀਆਂ ਗੱਲਾਂ ਨੂੰ ਭੁੱਲ ਕੇ ਉਹ ਆਪਣੇ ਆਪ ਦੇ ਵਿੱਚ ਰਹਿ ਕੇ ਸਵਾਲ ਪੁੱਛਦੇ ਨੇ।
ਅਸੀਂ ਵੀ ਕਲੀਸੀਆ ਰਾਹੀਂ ਸਾਨੂੰ ਦਿੱਤੇ ਹੋਏ ਜਾਂ ਸਾਡੇ ਵਿਚਕਾਰ ਨਿਯੁਕਤ ਕੀਤੇ ਹੋਏ ਪੁਰੋਹਿਤਾਂ ਦੇ ਅੱਗੇ ਸਾਡੇ ਆਗੂਆਂ ਦੇ ਅੱਗੇ ਕਈ ਵਾਰੀ ਸਵਾਲ ਪੁੱਛਦੇ ਹਾਂ, ਤੁਸੀਂ ਇੰਜ ਇਹ ਕੰਮ ਕਿਉਂ ਕਰ ਰਹੇ ਹੋ? ਹਰੇਕ ਨੂੰ ਨਿਯੁਕਤ ਕੀਤਾ ਹੈ ਖੁਦਾ ਦਾ ਕੰਮ ਕਰਨ ਦੇ ਲਈ, ਸਾਨੂੰ ਵੀ ਨਿਯੁਕਤ ਕੀਤਾ ਹੈ ਖੁਦਾ ਦੀ ਮਰਜ਼ੀ ਪੂਰੀ ਕਰਨ ਲਈ। ਜੇਕਰ ਅਸੀਂ ਇਹਨਾਂ ਜ਼ਿੰਮੇਵਾਰੀਆਂ ਨਾ ਨਿਭਾਈਏ ਤਾਂ ਫਿਰ ਅਸੀਂ ਸਵਾਲ ਪੁੱਛਣ ਦੇ ਲਾਇਕ ਨਹੀਂ ਹੈ। ਇਸ ਲਈ ਆਓ ਅਸੀਂ ਸੋਚੀਏ, ਜੇਕਰ ਅਸੀਂ ਗਲਤ ਜਗ੍ਹਾ 'ਤੇ ਬਿਨਾਂ ਜਾਣੇ ਬਿਨਾਂ ਸਮਝੇ ਸਵਾਲ ਪੁੱਛਿਆ, ਜੇ ਅਸੀਂ ਖੁਦਾ ਦੀ ਸ਼ਕਤੀ 'ਤੇ ਨਾ ਭਰੋਸ ਰੱਖਦੇ ਹੋਏ ਆਪਣੇ ਆਪ 'ਤੇ ਭਰੋਸ ਰੱਖਦੇ ਹੋਏ ਕੋਈ ਕੰਮ ਕੀਤਾ, ਜੇਕਰ ਤੁਹਾਡੇ ਵੱਲੋਂ ਇਹ ਸਭ ਕੁਛ ਹੋਇਆ, ਇਸ ਵਕਤ ਉਹ ਸਾਰੇ ਕੰਮਾਂ ਨੂੰ ਯਾਦ ਕਰਨ ਦਾ ਸਮਾਂ ਹੈ। ਅਬ ਉਸ ਯਾਦ ਕਰੀਏ, ਇੱਕ ਪਲ ਮੌਨ ਰੱਖਦੇ ਹੋਏ ਖੁਦਾ ਦੀ ਖੁਦਾ ਵੱਲੋਂ ਨਿਯੁਕਤ ਕੀਤੇ ਲੋਕਾਂ ਦੇ ਅੱਗੇ ਸਵਾਲ ਪੁੱਛਿਆ, ਜਾਣੇ ਜਾਣਨ ਦੀ ਕੋਸ਼ਿਸ਼ ਕਰਦੇ ਬਗੈਰ ਵੀ ਸਵਾਲ ਪੁੱਛਿਆ, ਪਛਤਾਵਾ ਕਰੀਏ, ਹਲੀਮੀ ਨਾਲ ਆਪਣੀ ਗਲਤੀਆਂ ਨੂੰ ਕਬੂਲ ਕਰੀਏ ਅਤੇ ਖੁਦਾ ਦੇ ਅੱਗੇ ਮਾਫ਼ੀ ਮੰਗੀਏ। ਮੈਂ ਇਕਬਾਲ ਕਰਦਾ ਹਾਂ, ਪੂਰੀ ਕੁਦਰਤ ਵਾਲੇ ਖੁਦਾ ਅਤੇ ਤੁਹਾਡੇ ਅੱਗੇ ਇਹ ਭਰਾਓ ਤੇ ਭੈਣੋ ਕਿ ਮੈਂ ਸੋਚਣ ਨਾਲ ਬੋਲਣ ਨਾਲ ਕਰਨ ਨਾਲ ਅਤੇ ਨਗੇਲੀ ਨਾਲ ਬਹੁਤ ਗੁਨਾਹ ਕੀਤੇ, ਆਪਣੇ ਦੋਸ਼ ਦੇ ਨਾਲ, ਆਪਣੇ ਹੀ ਦੋਸ਼ ਦੇ ਨਾਲ, ਆਪਣੇ ਬਹੁਤ ਵੱਡੇ ਦੋਸ਼ ਦੇ ਨਾਲ। ਇਸ ਲਈ ਮੈਂ ਤੁਹਾਨੂੰ ਸਦਾ ਕੁਵਾਰੀ ਮਰੀਅਮ, ਸਾਰਿਆਂ ਫਰਿਸ਼ਤਿਆਂ ਅਤੇ ਸੰਤਾਂ ਅਤੇ ਤੁਹਾਡੇ ਅੱਗੇ ਇਹ ਭਰਾਓ ਤੇ ਭੈਣੋ ਮੈਂ ਬੇਨਤੀ ਕਰਦਾ ਹਾਂ ਕਿ ਮੇਰੇ ਲਈ ਪ੍ਰਭੂ ਖੁਦਾ ਦੇ ਕੇ ਪ੍ਰਾਰਥਨਾ ਕਰੋ। ਪੂਰੀ ਕੁਦਰਤ ਵਾਲਾ ਖੁਦਾ ਸਾਡੇ ਉੱਤੇ ਦਇਆ ਕਰੇ ਤੇ ਸਾਡੇ ਗੁਨਾਹਾਂ ਨੂੰ ਮਾਫ਼ ਕਰਕੇ ਸਾਨੂੰ ਸਦੀਵ ਹੀ ਜੀਵਨ ਤੱਕ ਪਹੁੰਚਾਵੇ। ਆਮੇਨ। ਹੇ ਪ੍ਰਭੂ ਦਇਆ ਕਰ, ਹੇ ਪ੍ਰਭੂ ਦਇਆ ਕਰ, ਹੇ ਮਸੀਹਾ ਦਇਆ ਕਰ, ਹੇ ਮਸੀਹਾ ਦਇਆ ਕਰ, ਹੇ ਪ੍ਰਭੂ ਦਇਆ ਕਰ, ਹੇ ਪ੍ਰਭੂ ਦਇਆ ਕਰ। ਅਸੀਂ ਪ੍ਰਾਰਥਨਾ ਕਰੀਏ, ਇੱਕ ਪਲ ਅਸੀਂ ਯਾਦ ਕਰੀਏ, ਅੱਜ ਖੁਦਾ ਦੇ ਹੱਥਾਂ ਨੂੰ ਸੌਂਪਣ ਲਈ ਜੋ ਵੀ ਅਸੀਂ ਤੈਅ ਕਰਕੇ ਲੈ ਕੇ ਆਏ ਨੇ, ਇਸ ਵਕਤ ਖੁਦਾ ਦੇ ਅੱਗੇ ਰੱਖੀਏ, ਆਪਣੀ ਨਿੱਜੀ ਜ਼ਰੂਰਤਾਂ ਨੂੰ ਰੱਖੀਏ, ਆਪਣੇ ਪਰਿਵਾਰ ਦੇ ਸਾਰੇ ਮੈਂਬਰਾਂ ਨੂੰ ਰੱਖੀਏ, ਸਾਡੀਆਂ ਪਰੇਸ਼ਾਨੀ ਬਿਮਾਰੀਆਂ ਨੂੰ ਰੱਖੀਏ, ਸਾਡੇ ਦੁੱਖਾਂ ਨੂੰ ਰੱਖੀਏ। ਅਸੀਂ ਸਾਰਿਆਂ ਦੀ ਬੇਨਤੀ ਸੁਣਨ ਵਾਲੇ ਖੁਦਾ ਇੱਥੇ ਹਾਜ਼ਰ ਹੈ, ਆਵੋ ਅਸੀਂ ਇੱਕ ਪਲ ਮਮਨ ਰੱਖਦੇ ਹੋਏ ਖੁਦਾ ਦੇ ਅੱਗੇ ਆਪਣੀਆਂ ਮਿੰਨਤਾਂ ਜ਼ਰੂਰਤਾਂ ਰੱਖੀਏ। ਹੇ ਖੁਦਾ, ਆਪਣੀ ਮਿਹਰਬਾਨੀ ਨਾਲ ਤੂੰ ਸਭ ਕੁਝ ਨੂੰ ਸਾਡੀ ਨਜਾਤ ਦੀ ਯੋਜਨਾ ਦੇ ਮੁਤਾਬਿਕ ਚਲਾਉਂਦਾ ਹੈ। ਅਸੀਂ ਬੇਨਤੀ ਕਰਦੇ ਹਾਂ ਕਿ ਹਰ ਕਿਸਮ ਦੀ ਬੁਰਿਆਈ ਨੂੰ ਸਾਡੇ ਤੋਂ ਦੂਰ ਰੱਖ ਅਤੇ ਜੋ ਕੁਝ ਸਾਡੇ ਲਈ ਚੰਗਾ ਅਤੇ ਭਲਾ ਹੈ ਉਹ ਸਾਨੂੰ ਦੇ ਦੇ। ਸਾਡੇ ਪ੍ਰਭੂ ਯਿਸੂ ਮਸੀਹ ਤੇਰੇ ਬੇਟੇ ਦੇ ਰਾਹੀਂ ਜੋ ਤੇਰੇ ਨਾਲ ਪਾਕ ਦੀ ਏਕਤਾ ਵਿੱਚ ਇੱਕ ਦਾ ਜੀਵਦਾ ਤੇ ਰਾਜ ਕਰਦਾ ਹੈ ਸਦਾ ਤੋਂ ਸਦਾ ਤੀਕਰ। ਆਮੇਨ।
ਪਾਠ ਪਹਿਲਾ ਸੰਤ ਯਹੂਦਾ ਦਾ ਪੱਤਰ ਉਸਦਾ ਇੱਕ ਬਾਪ 20-25 ਆਏ ਤੱਕ ਪਰ ਤੁਸੀਂ ਪਿਆਰਿਓ ਆਪਣੇ ਅਤ ਪਵਿੱਤਰ ਈਮਾਨ ਉੱਤੇ ਆਪਣੇ ਆਪ ਨੂੰ ਉਸਾਰੋ ਰੂਪਾਕ ਵਿੱਚ ਪ੍ਰਾਰਥਨਾ ਕਰਦੇ ਰਹੋ ਖੁਦਾ ਦੇ ਪਿਆਰ ਵਿੱਚ ਕਾਇਮ ਰਹੋ ਅਤੇ ਸਾਡੇ ਪ੍ਰਭੂ ਯਿਸੂ ਮਸੀਹ ਦੇ ਤਰਸ ਦੀ ਰਾਹ ਤੱਕਦੇ ਰਹੋ ਜੋ ਤੁਹਾਨੂੰ ਅਨੰਤ ਜੀਵਨ ਤੱਕ ਲੈ ਜਾਏਗਾ ਕੁਝ ਲੋਕ ਜੋ ਸ਼ੱਕ ਕਰਦੇ ਹਨ ਉਹਨਾਂ ਉੱਤੇ ਤਰਸ ਖਾਓ ਅਤੇ ਕੁਝ ਹੋਰਨਾਂ ਨੂੰ ਅੱਗ ਵਿੱਚੋਂ ਬਾਹਰ ਖਿੱਚ ਕੇ ਉਹਨਾਂ ਦਾ ਬਚਾਓ ਕਰੋ ਪਰ ਕੁਝ ਹੋਰ ਲੋਕਾਂ ਉੱਤੇ ਡਰਦੇ ਡਰਦੇ ਤਰਸ ਕਰੋ ਅਤੇ ਸਰੀਰ ਦੀਆਂ ਵਾਸਨਾਵਾਂ ਨਾਲ ਮੈਲੇ ਹੋਏ ਉਹਨਾਂ ਦੇ ਕੱਪੜਿਆਂ ਤੋਂ ਵੀ ਘਿਰਨਾ ਕਰੋ ਹੁਣ ਉਸ ਨੂੰ ਜੋ ਤੁਹਾਨੂੰ ਪਾਪ ਵਿੱਚ ਡਿੱਗਣ ਤੋਂ ਸੁਰੱਖਿਅਤ ਰੱਖਣ ਦੇ ਯੋਗ ਹੈ ਅਤੇ ਉਸ ਦੀ ਆਪਣੀ ਮਹਿਮਾ ਦੀ ਹਜ਼ੂਰੀ ਵਿੱਚ ਤੁਹਾਨੂੰ ਖੁਸ਼ੀਆਂ ਮਨਾਉਂਦੇ ਹੋਏ ਨਿਰਦੋਸ਼ ਖੜ੍ਹੇ ਕਰਨ ਵਿੱਚ ਸਮਰੱਥ ਹੈ ਉਸੇ ਇੱਕੋ ਇੱਕ ਖੁਦਾ ਸਾਡੇ ਮੁਕਤੀਦਾਤਾ ਨੂੰ ਯਿਸੂ ਮਸੀਹ ਸਾਡੇ ਪ੍ਰਭੂ ਦੇ ਰਾਹੀਂ ਸਭ ਮਹਿਮਾ ਪ੍ਰਤਾਪ ਸ਼ਕਤੀ ਅਤੇ ਅਧਿਕਾਰ ਮਿਲਦਾ ਰਹੇ ਸਭ ਯੁੱਗਾਂ ਤੋਂ ਪਹਿਲਾਂ ਹੁਣ ਅਤੇ ਅਨੰਤ ਕਾਲ ਤੀਕਰ ਆਮੀਨ ਪ੍ਰਭੂ ਦੀ ਪਾਕ ਬਾਣੀ ਖੁਦਾ ਦਾ ਸ਼ੁਕਰ ਹੋਵੇ ਧੜਕੇ ਮੈਂ ਤੈਨੂੰ ਢੂੰਡਾਂ ਯਾਰਾ ਮੇਰੇ ਖੁਦਾਇਆ ਧੜਕੇ ਮੈਂ ਤੈਨੂੰ ਢੂੰਡਾਂ ਯਾਰਾ ਮੇਰੇ ਖੁਦਾਇਆ ਮੇਰੀ ਜਾਨ ਤੇਰੀ ਤਿਹਾਈ ਤਨ ਮੇਰਾ ਖੁਸ਼ਕ ਸਾਈ ਮੇਰੀ ਜਾਨ ਤੇਰੀ ਤਿਹਾਈ ਤਨ ਮੇਰਾ ਖੁਸ਼ਕ ਸਾਈ ਧੁੱਪ ਨੇ ਜ਼ਮੀਨ ਜਲਾਈ ਯਾਰਾ ਮੇਰੇ
ਕੌਮਾਂ ਦੇ ਵਿੱਚ ਉਹਦਾ ਨਾਮ ਫੈਲਾਓ, ਹਰੀ ਗਗ ਜਾਓ ਅੰਜੀਲ ਸੁਣਾਓ, ਕੌਮਾਂ ਦੇ ਵਿੱਚ ਉਹਦਾ ਨਾਮ ਫੈਲਾਓ, ਹਲੇਲੂਯਾ 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 ਪ੍ਰਭੂ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਪਾਠ ਪਵਿੱਤਰ ਅੰਜੀਲ ਸੰਤ ਮਰਕਸ ਦੇ ਅਨੁਸਾਰ। ਤੇਰੀ ਵਡਿਆਈ ਹੋਵੇ ਐ ਪ੍ਰਭੂ। ਉਹ ਫਿਰ ਯਰੂਸ਼ਲਮ ਆਏ ਜਦੋਂ ਯੇਸ਼ੂ ਹੈਕਲ ਵਿੱਚ ਟਹਿਲ ਕਰ ਰਿਹਾ ਸੀ ਤਾਂ ਪ੍ਰਧਾਨ ਪੁਰੋਹਿਤ, ਧਰਮ ਗ੍ਰੰਥੀ ਅਤੇ ਕੌਮ ਦੇ ਬਜ਼ੁਰਗ ਉਸਦੇ ਕੋਲ ਆਏ ਅਤੇ ਉਹਨਾਂ ਨੂੰ ਉਸਨੂੰ ਕਿਹਾ, ਤੁਸੀਂ ਕਿਸ ਅਧਿਕਾਰ ਨਾਲ ਇਹ ਸਭ ਕਰ ਰਹੇ ਹੋ, ਜਾਂ ਕਿਸਨੇ ਤੁਹਾਨੂੰ ਇਹ ਸਭ ਕਰਨ ਦਾ ਅਧਿਕਾਰ ਦਿੱਤਾ ਹੈ? ਯੇਸ਼ੂ ਨੇ ਉਹਨਾਂ ਨੂੰ ਕਿਹਾ, ਮੈਂ ਤੁਹਾਨੂੰ ਇੱਕ ਸਵਾਲ ਪੁੱਛਾਂਗਾ, ਤੁਸੀਂ ਮੈਨੂੰ ਉਸਦਾ ਉੱਤਰ ਦਿਓ, ਫਿਰ ਮੈਂ ਤੁਹਾਨੂੰ ਦੱਸਾਂਗਾ ਕਿ ਕਿਸ ਅਧਿਕਾਰ ਨਾਲ ਮੈਂ ਇਹ ਸਭ ਕਰ ਰਿਹਾ ਹਾਂ। ਯੂਹੰਨਾ ਦਾ ਬਪਤਿਸਮਾ ਸੁਰਗੋਂ ਸੀ ਜਾਂ ਮਨੁੱਖਾਂ ਵੱਲੋਂ? ਮੈਨੂੰ ਉੱਤਰ ਦਿਓ। ਉਹ ਇੱਕ ਦੂਜੇ ਨਾਲ ਸਲਾਹ ਮਸ਼ਵਰਾ ਇੰਜ ਕਰਨ ਲੱਗੇ, ਜੇਕਰ ਅਸੀਂ ਆਖੀਏ ਸੁਰਗੋਂ, ਉਹ ਸਾਨੂੰ ਆਖੇਗਾ, ਫਿਰ ਤੁਸੀਂ ਉਸਦਾ ਵਿਸ਼ਵਾਸ ਕਿਉਂ ਨਹੀਂ ਕੀਤਾ? ਪਰ ਜੇ ਅਸੀਂ ਕਹੀਏ ਮਨੁੱਖਾਂ ਵੱਲੋਂ, ਤਾਂ ਲੋਕਾਂ ਤੋਂ ਡਰਦੇ ਸਨ ਕਿਉਂਕਿ ਸਾਰੇ ਲੋਕ ਯੂਹੰਨਾ ਨੂੰ ਸੱਚਮੁੱਚ ਦਾ ਨਬੀ ਮੰਨਦੇ ਸਨ। ਇਸ ਲਈ ਉਹਨਾਂ ਨੇ ਯੇਸ਼ੂ ਨੂੰ ਉੱਤਰ ਦਿੱਤਾ, ਸਾਨੂੰ ਨਹੀਂ ਪਤਾ। ਤਦ ਯੇਸ਼ੂ ਨੇ ਉਹਨਾਂ ਨੂੰ ਕਿਹਾ, ਨਾ ਕਿ ਮੈਂ ਤੁਹਾਨੂੰ ਦੱਸਾਂਗਾ ਕਿ ਕਿਸ ਅਧਿਕਾਰ ਨਾਲ ਮੈਂ ਇਹ ਸਭ ਕਰ ਰਿਹਾ ਹਾਂ। ਪ੍ਰਭੂ ਦੀ ਪਾਕ ਅੰਜੀਲ। ਤੇਰੀ ਮਹਿਮਾ ਹੋਵੇ ਐ ਮਸੀਹਾ। ਪ੍ਰਭੂ ਦਾ ਤੁਹਾਡਾ ਧੰਨਵਾਦ, ਤੁਹਾਡੀ ਵਡਿਆਈ, ਤੁਹਾਡੀ ਉਸਤਤ ਅੱਜ ਦੇ ਇਸ ਦਿਨ ਦੇ ਲਈ ਅਤੇ ਸਾਨੂੰ ਸੁਣਾਏ ਹੋਏ ਇਸ ਵਚਨ ਦੇ ਲਈ। ਤੁਹਾਡੀ ਮਰਜ਼ੀ, ਇੱਕ ਵਾਰ ਫਿਰ ਸਾਡੇ ਸਾਹਮਣੇ ਇਹਨਾਂ ਵਚਨਾਂ ਦੇ ਨਾਲ ਆਏ। ਸਵਾਲ ਦੇ ਜਵਾਬ ਵਜੋਂ ਤੁਸੀਂ ਵੀ ਸਵਾਲ ਪੁੱਛਿਆ ਕਿ ਲੋਕਾਂ ਦੇ ਮਨ ਨੂੰ ਜਾਣਨ ਲਈ, ਲੋਕਾਂ ਦੇ ਮਨਾਂ 'ਚ ਕੀ ਖਿਆਲ ਹੈ ਉਹ ਪਛਾਣਨ ਲਈ। ਤੁਹਾਡੇ ਸਵਾਲ ਦਾ ਜਵਾਬ ਕੋਈ ਵੀ ਨਹੀਂ ਦੇ ਸਕਿਆ। ਪ੍ਰਭੂ, ਸਾਡੀ ਜ਼ਿੰਦਗੀ ਦੇ ਵਿੱਚ ਅਸੀਂ ਵੀ ਪੁੱਛਣ ਵਾਲੇ ਬਹੁਤ ਹੀ ਸਵਾਲਾਂ ਦੇ ਜਵਾਬ ਤੁਸੀਂ ਵੀ ਨਹੀਂ ਦਿੰਦੇ ਹੋ, ਕਿਉਂਕਿ ਉਹਦੀ ਜ਼ਰੂਰਤ ਹੈ ਹੀ ਨਹੀਂ। ਸਾਨੂੰ ਸਿਰਫ ਤੁਹਾਡੇ 'ਤੇ ਵਿਸ਼ਵਾਸ ਰੱਖਣ ਦੀ ਜ਼ਰੂਰਤ ਹੈ। ਵਿਸ਼ਵਾਸ ਦਾ ਵਰਦਾਨ ਅਸਾਂ ਸਾਰਿਆਂ ਨੂੰ ਦੇ,
ਵੀ ਇਸ ਸਾਰਿਆਂ ਦੇ ਲਈ ਮਰਿਆ, ਜੀ ਉੱਠਿਆ ਅਤੇ ਇਸ ਸਾਰੇ ਨੂੰ ਵਿੱਚ ਨਿਆਂ ਕਰਨ ਲਈ ਫਿਰ ਤੁਸੀਂ ਆਉਣਾ ਹੈ, ਸਾਨੂੰ ਆਪਣੇ ਰਾਜ ਦੇ ਵਿੱਚ ਤੁਸੀਂ ਲੈ ਕੇ ਜਾਣਾ ਹੈ। ਪ੍ਰਭੂ, ਇਹੀ ਸੱਚਾਈ 'ਤੇ ਮਾਣ ਰੱਖਦੇ ਹੋਏ ਸਾਡੀ ਮਸੀਹ ਜੀਵਨ ਬਸਰ ਕਰਨ ਲਈ ਅਸੀਂ ਸਾਰਿਆਂ ਨੂੰ ਪ੍ਰਭੂ ਕਿਰਪਾ ਬਖਸ਼ ਦੇ। ਅੱਜ ਦਾ ਦਿਨ, ਇਸ ਕੁਰਬਾਨੀ ਦੇ ਵਿੱਚ ਭਾਗ ਲੈਣ ਵਾਲੇ ਇਹਨਾਂ ਸਾਰੇ ਪਿੰਡ ਭਰਾ ਬੱਚਿਆਂ ਨੂੰ, ਇਹਨਾਂ ਦੇ ਸਾਰਿਆਂ ਦੇ ਇਰਾਦਿਆਂ ਨੂੰ ਪ੍ਰਭੂ ਮੈਂ ਤੁਹਾਡੇ ਅੱਗੇ ਰੱਖਦੇ ਹਾਂ। ਜ਼ਿੰਦਗੀ ਦੇ ਵੱਖ ਵੱਖ ਪੜਾਵ ਦੇ ਵਿੱਚ ਸਵਾਲ ਦਾ ਜਵਾਬ ਨਾ ਮਿਲਣ ਦੇ ਕਰਕੇ, ਦੁਆ ਦੇ ਉੱਤਰ ਨਾ ਮਿਲਣ ਦੇ ਕਰਕੇ, ਮੰਗੀ ਹੋਈ ਬਰਕਤਾਂ ਨਾ ਮਿਲਣ ਦੇ ਕਰਕੇ ਬਹੁਤ ਹੀ ਲੋਕ ਨਾਰਾਜ਼ ਹੋ ਜਾਂਦੇ ਨੇ। ਉਹਨਾਂ ਨਾਰਾਜ਼ਗੀਆਂ ਤੋਂ ਪ੍ਰਭੂ ਸਾਨੂੰ ਬਚਾ। ਤੁਹਾਡੇ ਪਿਆਰ 'ਤੇ ਭਰੋਸਾ ਰੱਖਦੇ ਹੋਏ, ਤੁਹਾਡੇ ਅਥਾਹ ਪਿਆਰ 'ਤੇ ਅਤੇ ਤੁਹਾਡੇ ਵਾਅਦਿਆਂ 'ਤੇ ਭਰੋਸਾ ਰੱਖਦੇ ਹੋਏ ਅੱਗੇ ਵਧਣ ਦੇ ਲਈ ਸਾਨੂੰ ਹਿੰਮਤ ਅਤੇ ਸ਼ਕਤੀ ਪ੍ਰਦਾਨ ਕਰ। ਅੱਜ ਦੇ ਦਿਨ ਪ੍ਰਭੂ, ਜੋ ਵੀ ਅਸੀਂ ਕਰਨ ਵਾਲੇ ਹਾਂ, ਸਾਰੇ ਕੰਮਾਂ ਨੂੰ ਤੁਹਾਡੇ ਅੱਗੇ ਰੱਖਦੇ ਹੋਏ ਹਰ ਕੰਮ ਦੇ ਵਿੱਚ ਤੁਹਾਡੀ ਅਗਵਾਈ ਮੰਗਦੇ ਹਾਂ। ਸਾਡੇ ਪਰੇਸ਼ਾਨੀਆਂ, ਬਿਮਾਰੀਆਂ, ਦੁੱਖਾਂ, ਮੁਸ਼ਕਲਾਂ ਦੂਰ ਕਰਨ ਵਾਲੇ ਖੁਦਾ, ਅਸੀਂ ਸਾਰਿਆਂ 'ਤੇ ਰਹਿਮ ਕਰੋ। ਸਾਡੀ ਨਿੱਜੀ ਜ਼ਿੰਦਗੀ ਦੇ ਵਿੱਚ ਆਓ, ਸਾਡੇ ਦੁੱਖਾਂ ਨੂੰ, ਸਾਡੇ ਸਵਾਲਾਂ ਨੂੰ ਅਤੇ ਸਾਡੇ ਸਮੱਸਿਆਵਾਂ ਨੂੰ ਹੱਲ ਕਰਦੇ ਹੋਏ ਤੁਸੀਂ ਆਪਣੇ ਹਜ਼ੂਰੀ ਨਾਲ ਅਸੀਂ ਸਾਰਿਆਂ ਨੂੰ ਪਰਦੇ, ਸਾਡੇ ਆਸਵਾਂ ਨੂੰ ਪੁੱਛੇ, ਸਾਡੇ ਤਕਲੀਫਾਂ ਨੂੰ ਦੂਰ ਕਰਿਓ। ਸਾਡੇ ਪਰਿਵਾਰ ਦੇ ਵਿੱਚ ਤੁਹਾਡੀ ਸ਼ਾਂਤੀ, ਤੁਹਾਡੇ ਆਨੰਦ ਕਾਇਮ ਰਹਿਣ ਦਾ ਮੌਕਾ ਦਿਓ। ਅਸੀਂ ਇਹ ਸਭ ਕੁਛ ਮੰਗਦੇ ਹਾਂ ਪ੍ਰਭੂ ਤੁਹਾਡੇ ਪਵਿੱਤਰ ਨਾਮ ਦੇ ਵਸੀਲੇ, ਆਮੀਨ। ਭਲਿਆਈਆਂ ਵਾਲਾ ਹੱਥ ਤੂੰ ਵਧਾ, ਮੈਂ ਤੈਨੂੰ ਤਾਰੀਫ ਦੀ ਭੇਟ ਚੜਾਵਾਂਗਾ। ਭਲਿਆਈਆਂ ਵਾਲਾ ਹੱਥ ਤੂੰ ਵਧਾ, ਮੈਂ ਤੈਨੂੰ ਤਾਰੀਫ ਦੀ ਭੇਟ ਚੜਾਵਾਂਗਾ। ਦੁੱਖ ਰੋ ਕੇ ਅੱਜ ਸਭ ਦੇ ਮਿਟਾ, ਤੈਨੂੰ ਤਾਰੀਫ ਦੀ ਭੇਟ ਚੜਾਵਾਂਗਾ। ਛੱਡ ਕੇ ਹਜ਼ੂਰੀ ਤੇਰੀ ਦੱਸ ਕਿੱਥੇ ਜਾਵਾਂ ਮੈਂ, ਛੱਡ ਕੇ ਹਜ਼ੂਰੀ ਤੇਰੀ ਦੱਸ ਕਿੱਥੇ ਜਾਵਾਂ ਮੈਂ, ਛੱਡ ਕੇ ਹਜ਼ੂਰੀ ਤੇਰੀ ਦੱਸ ਕਿੱਥੇ ਜਾਵਾਂ ਮੈਂ। ਤੇਰੀ ਵਫਾਦਾਰੀ ਦੀ ਕੀ ਕੀਮਤ ਚੁਕਾਵਾਂ ਮੈਂ,
ਛੱਡ ਕੇ ਹਜ਼ੂਰੀ ਤੇਰੀ ਦੱਸ ਕਿੱਥੇ ਜਾਵਾਂ ਮੈਂ, ਛੱਡ ਕੇ ਹਜ਼ੂਰੀ ਤੇਰੀ ਦੱਸ ਕਿੱਥੇ ਜਾਵਾਂ ਮੈਂ, ਛੱਡ ਕੇ ਹਜ਼ੂਰੀ ਤੇਰੀ ਦੱਸ ਕਿੱਥੇ ਜਾਵਾਂ ਮੈਂ। ਬੇਸ਼ੱਕ ਭਾਵੇਂ ਮੈਂ ਹਾਂ ਬੇਵਫਾ, ਮੈਂ ਤੈਨੂੰ ਤਾਰੀਫੀ ਭੇਟ ਚੜਾਂਗਾ, ਭਲੇ ਆਈਆਂ ਵਾਲਾ ਹੱਥ ਤੂੰ ਵਧਾ, ਮੈਂ ਤੈਨੂੰ ਤਾਰੀਫੀ ਭੇਟ ਚੜਾਂਗਾ, ਮੈਂ ਤੈਨੂੰ ਤਾਰੀਫੀ ਭੇਟ ਚੜਾਂਗਾ, ਮੈਂ ਤੈਨੂੰ ਤਾਰੀਫੀ ਭੇਟ ਚੜਾਂ। ਭਰਾਓ ਅਤੇ ਭੈਣੋ, ਪ੍ਰਾਰਥਨਾ ਕਰੋ ਕਿ ਮੇਰੀ ਤੁਹਾਡੀ ਇਸ ਕੁਰਬਾਨੀ ਪੂਰੀ ਕੁਦਰਤ ਵਾਲੇ ਖੁਦਾ ਬਾਪ ਨੂੰ ਕਬੂਲ ਹੋਵੇ। ਪ੍ਰਭੂ ਇਸ ਕੁਰਬਾਨੀ ਨੂੰ ਤੁਹਾਡੇ ਹੱਥਾਂ ਦੇ ਵਿੱਚੋਂ ਆਪਣੇ ਨਾਮ ਦੀ ਉਸਤਤ ਅਤੇ ਵਡਿਆਈ ਲਈ ਅਤੇ ਸਾਡੇ ਅਤੇ ਸਾਰੀ ਪਾਕ ਕਲੀਸਿਆ ਦੇ ਭਲੇ ਲਈ ਕਬੂਲ ਕਰੇ। ਹੇ ਪ੍ਰਭੂ, ਤੇਰੀ ਦਇਆ ਉੱਤੇ ਭਰੋਸ ਰੱਖਦੇ ਹੋਏ ਅਸੀਂ ਆਸ ਦੇ ਨਾਲ ਆਪਣੇ ਚੜਾਵੇ ਲੈ ਕੇ ਤੇਰੀ ਪਾਕ ਅਲਤਾਰ ਉੱਤੇ ਆਉਂਦੇ ਹਾਂ। ਬਖਸ਼ ਦੇਗੀ ਇਹ ਭੇਦ ਜੋ ਸਾਨੂੰ ਤੇਰੇ ਬੇਟੇ ਨਾਲ ਜੋੜਦਾ ਹੈ, ਸਾਡੇ ਲਈ ਨਵੇਂ ਜੀਵਨ ਦਾ ਸੋਮਾ ਬਣਿਆ ਰਹੇ, ਸਾਡੇ ਪ੍ਰਭੂ ਮਸੀਹ ਰਾਹੀਂ। ਆਮੀਨ। ਪ੍ਰਭੂ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਤੁਸੀਂ ਆਪਣੇ ਦਿਲ ਪ੍ਰਭੂ ਵੱਲ ਲਗਾਓ, ਅਸੀਂ ਆਪਣਾ ਦਿਲ ਪ੍ਰਭੂ ਵੱਲ ਲਗਾਉਂਦੇ ਹਾਂ। ਅਸੀਂ ਆਪਣੇ ਪ੍ਰਭੂ ਖੁਦਾ ਦਾ ਧੰਨਵਾਦ ਕਰੀਏ, ਇਹ ਸਹੀ ਅਤੇ ਯੋਗ ਹੈ। ਹੇ ਪ੍ਰਭੂ ਪਵਿੱਤਰ ਬਾਪ, ਪੂਰੀ ਕੁਦਰਤ ਵਾਲੇ ਅਤੇ ਕਾਲ ਖੁਦਾ, ਇਹ ਸੱਚਮੁੱਚ ਸਹੀ ਦੀ ਯੋਗ ਹੈ, ਮੁਕਤੀ ਪਾਉਣ ਦਾ ਰਾਹ ਹੈ ਕਿ ਅਸੀਂ ਹਰ ਵੇਲੇ ਦੇ ਹਰ ਥਾਂ ਇਸ ਮਸੀਹਾ ਆਪਣੇ ਪ੍ਰਭੂ ਦੇ ਰਾਹੀਂ ਤੁਹਾਡਾ ਧੰਨਵਾਦ ਕਰੀਏ। ਉਹ ਤੇਰਾ ਸ਼ਬਦ ਹੈ ਜਿਸ ਰਾਹੀਂ ਤੂੰ ਸਾਰੀ ਸ੍ਰਿਸ਼ਟੀ ਨੂੰ ਰਚਿਆ ਹੈ, ਉਹ ਸਾਡਾ ਮੁਕਤੀਦਾਤਾ ਹੈ ਜਿਸ ਨੂੰ ਤੂੰ ਸਾਡੀ ਨਜਾਤ ਲਈ ਕੱਲਿਆ ਹੈ। ਗੁਰੂ ਪਾਕ ਨਾਲ ਦੀ ਤਾਰੀ ਹੋ ਕੇ ਕੁਆਰੀ ਮਰੀਅਮ ਤੋਂ ਜਨਮਿਆ, ਉਸਨੇ ਸਾਡੇ ਵਾਸਤੇ ਆਪਣੇ ਹੱਥ ਸਲੇਬ ਉੱਤੇ ਫੈਲਾ ਦਿੱਤੇ, ਉਸਨੇ ਮੌਤ ਨੂੰ ਖਤਮ ਕੀਤਾ ਅਤੇ ਜੀ ਉੱਠਣ ਨੂੰ ਪ੍ਰਗਟ ਕੀਤਾ। ਇਸ ਵਿੱਚ ਉਸਨੇ ਤੇਰੀ ਮਰਜ਼ੀ ਨੂੰ ਪੂਰਾ ਕੀਤਾ ਅਤੇ ਤੇਰੇ ਲਈ ਇੱਕ ਪਵਿੱਤਰ ਕੌਮ ਨੂੰ ਜਿੱਤ ਲਿਆ ਹੈ। ਇਸ ਲਈ ਅਸੀਂ ਆਪਣੀ ਖੁਸ਼ੀ ਵਿੱਚ ਫਰਿਸ਼ਤਿਆਂ ਦੇ ਸੰਗੀਤ ਜਥਿਆਂ ਨਾਲ ਮਿਲ ਕੇ ਤੇਰੀ ਮਹਿਮਾ ਦੇ ਗੀਤ ਗਾਉਂਦੇ ਹੋਏ ਇਹ ਐਲਾਨ ਕਰਦੇ ਹਾਂ, ਪਾਕ 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 ਲਸ਼ਕਰਾਂ ਦੇ ਪ੍ਰਭੂ ਖੁਦਾ, ਸਵਰਗ ਤੇ ਧਰਤੀ ਤੇਰੇ ਜਲਾਲ ਨਾਲ ਭਰਪੂਰ ਹਨ, ਉੱਚਾਈਆਂ ਵਿੱਚ ਹੋਸਨਾ ਮੁਬਾਰਕ ਹੈ ਉਹ ਜੋ ਪ੍ਰਭੂ ਦੇ ਨਾਂ ਉੱਤੇ ਆਉਂਦਾ ਹੈ, ਉੱਚਾਈਆਂ ਵਿੱਚ ਹੋਸਨਾ। ਹੇ ਪ੍ਰਭੂ, ਤੂੰ ਸੱਚਮੁੱਚ ਪਾਕ ਹੈ ਅਤੇ ਇਸ ਪਵਿੱਤਰ ਦਾ ਸੋਮਾ ਹੈ, ਇਸ ਲਈ ਅਸੀਂ ਬੇਨਤੀ ਕਰਦੇ ਹਾਂ ਕਿ ਜਿਸ ਤਰ੍ਹਾਂ ਤੇਰੀ ਪੈਂਦੀ ਹੈ ਉਸੇ ਤਰ੍ਹਾਂ ਤੂੰ ਆਪਣੇ ਰੂਪਾਕ ਨੂੰ ਭੇਜ ਕੇ ਇਹਨਾਂ ਨਜ਼ਰਾਨੀਆਂ ਨੂੰ ਪਵਿੱਤਰ ਕਰ, ਤਾਂ ਜੋ ਇਹ ਸਾਡੇ ਲਈ ਸਾਡੇ ਪ੍ਰਭੂ ਯਿਸੂ ਮਸੀਹ ਦਾ ਬਦਨ ਅਤੇ ਲਹੂ ਬਣ ਜਾਵੇ। ਉਸਨੇ ਆਪਣੀ ਮਰਜ਼ੀ ਨਾਲ ਆਪਣੇ ਆਪ ਨੂੰ ਦੁੱਖ ਤਸੀਹਾਂ ਲਈ ਸੌਂਦੇ ਹੋਏ ਰੋਟੀ ਲਈ ਧੰਨਵਾਦ ਕਰਦੀ ਆ, ਰੋਟੀ ਤੋੜੀ ਅਤੇ ਆਪਣੇ ਚੇਲਿਆਂ ਨੂੰ ਦਿੱਤੀ ਇਹ ਕਹਿੰਦੇ ਹੋਏ, ਤੁਸੀਂ ਸਾਰੇ ਲਵੋ ਅਤੇ ਇਸ ਵਿੱਚੋਂ ਖਾਓ, ਕਿਉਂਕਿ ਇਹ ਮੇਰਾ ਬਦਨ ਹੈ ਜਿਹੜਾ ਤੁਹਾਡੇ ਲਈ ਕੁਰਬਾਨ ਕੀਤਾ ਜਾਵੇਗਾ।
ਇਸੇ ਤਰ੍ਹਾਂ ਭੋਜਨ ਕਰਨ ਤੋਂ ਬਾਅਦ ਉਸਨੇ ਪਿਆਲਾ ਲਿਆ, ਇੱਕ ਵਾਰ ਫਿਰ ਧੰਨਵਾਦ ਕਰ ਦਿਆ, ਪਿਆਲਾ ਆਪਣੇ ਚੇਲਿਆਂ ਨੂੰ ਦਿੱਤਾ। ਇਹ ਕਹਿੰਦੇ ਹੋਏ ਤੁਸੀਂ ਸਾਰੇ ਲਵੋ ਅਤੇ ਇਸ ਵਿੱਚੋਂ ਪੀਵੋ, ਕਿਉਂ ਜੋ ਇਹ ਮੇਰੇ ਲਹੂ ਦਾ ਪਿਆਲਾ ਹੈ, ਨਵੇਂ ਅਤੇ ਸਦੀਵੀ ਨੇਮ ਦਾ ਲਹੂ, ਜੋ ਤੁਹਾਡੇ ਅਤੇ ਬਹੁਤੀਆਂ ਵਾਸਤੇ ਗੁਨਾਹਾਂ ਦੀ ਮਾਫੀ ਲਈ ਵਹਾਇਆ ਜਾਵੇਗਾ। ਮੇਰੀ ਯਾਦ ਵਿੱਚ ਇਹ ਕਰਿਆ ਕਰੋ। ਇਮਾਨ ਦਾ ਪੀਰ, ਐ ਪ੍ਰਭੂ ਅਸੀਂ ਤੇਰੀ ਮੌਤ ਦਾ ਐਲਾਨ ਕਰਦੇ ਹਾਂ ਅਤੇ ਤੇਰੇ ਜੀ ਉੱਠਣ ਦੀ ਮੁਨਾਦੀ ਕਰਦੇ ਹਾਂ ਜਦ ਤੱਕ ਤੂੰ ਫਿਰ ਆਵੇਂਗਾ। ਹੇ ਪ੍ਰਭੂ, ਅਸੀਂ ਇਸ ਮਸੀਹ ਦੀ ਮੌਤ ਅਤੇ ਉਸ ਦੇ ਜੀ ਉੱਠਣ ਦੀ ਯਾਦਗਾਰੀ ਮਨਾਉਂਦੇ ਹੋਏ ਤੈਨੂੰ ਜੀਵਨ ਦੀ ਰੋਟੀ ਅਤੇ ਮੁਕਤੀ ਦਾ ਪਿਆਲਾ ਚੜਾਉਂਦੇ ਹਾਂ। ਅਸੀਂ ਤੇਰਾ ਧੰਨਵਾਦ ਕਰਦੇ ਹਾਂ, ਕਿਉਂ ਜੋ ਤੂੰ ਸਾਨੂੰ ਸਿਉਂ ਠਹਿਰਾਇਆ ਕਿ ਅਸੀਂ ਤੁਹਾਡੀ ਹਜ਼ੂਰੀ ਵਿੱਚ ਦਾਖਲ ਹੋ ਕੇ ਤੁਹਾਡੀ ਸੇਵਾ ਕਰੀਏ। ਅਸੀਂ ਹਲੀਮ ਨਾਲ ਦੁਆ ਕਰਦੇ ਹਾਂ ਕਿ ਮਸੀਹ ਦੇ ਬਦਨ ਅਤੇ ਲਹੂ ਵਿੱਚ ਹਿੱਸਾ ਲੈਣ ਦੁਆਰਾ ਅਸੀਂ ਰੂਹ ਪਾਕ ਦੇ ਰਾਹੀਂ ਏਕਤਾ ਵਿੱਚ ਬੱਝੇ ਰਹੀਏ। ਹੇ ਪ੍ਰਭੂ, ਸਾਰੀ ਧਰਤੀ ਉੱਤੇ ਫੈਲੀ ਹੋਈ ਆਪਣੀ ਕਲੀਸਿਆ ਨੂੰ ਯਾਦ ਕਰ ਅਤੇ ਉਸ ਨੂੰ ਸਾਡੇ ਸੰਤ ਪਾਪਾ ਫ੍ਰਾਂਸਿਸ, ਸਾਡੇ ਰਸੂਲ ਅਧਿਕਾਰੀ ਬਿਸ਼ਪ ਐਗਨੇਲੋ ਅਤੇ ਸਾਰੇ ਪੁਰੋਹਿਤਾਂ ਨਾਲ ਪਿਆਰ ਦੀ ਸੰਪੂਰਨਤਾ ਵਿੱਚ ਕਾਇਮ ਰੱਖ। ਸਾਡੇ ਪਿੰਡ ਭਰਾਵਾਂ ਨੂੰ ਵੀ ਯਾਦ ਕਰ ਜਿਹੜੇ ਜੀ ਉੱਠਣ ਦੀ ਉਮੀਦ ਨਾਲ ਸੋ ਗਏ ਹਨ ਅਤੇ ਉਹਨਾਂ ਸਾਰਿਆਂ ਨੂੰ ਵੀ ਜੋ ਤੇਰੇ ਰਹਿਮ ਵਿੱਚ ਮਰ ਗਏ ਹਨ। ਇਹਨਾਂ ਦਾ ਤੂੰ ਆਪਣੀ ਹਜ਼ੂਰੀ ਦੇ ਚਾਨਣ ਵਿੱਚ ਸਵਾਗਤ ਕਰ। ਹੇ ਪ੍ਰਭੂ, ਅਸੀਂ ਇਹ ਬੇਨਤੀ ਕਰਦੇ ਹਾਂ ਕਿ ਸਾਡੇ ਸਾਰਿਆਂ ਉੱਤੇ ਦਿਆ ਕਰ ਤਾਂ ਜੋ ਤਨ ਕੁਆਰੀ ਮਰੀਅਮ ਖੁਦਾ ਦੀ ਮਾਂ ਦੇ ਨਾਲ ਉਸੇ ਕੁਵਾਰ ਦੇ ਮੁਬਾਰਕ ਵਰਸਨ ਦੇ ਉਤਸਵ ਦੇ ਨਾਲ ਤਨ ਰਸੂਲਾਂ ਅਤੇ ਸਾਰੇ ਸੰਤਾਂ ਨਾਲ ਜਿਨ੍ਹਾਂ ਨੇ ਸਾਰੇ ਗਾਮ ਵਿੱਚ ਤੁਹਾਨੂੰ ਖੁਸ਼ ਕੀਤਾ ਹੈ, ਅਸੀਂ ਸਦੀਵੀ ਜੀਵਨ ਦੇ ਵਾਰਸ ਹੋਣ ਦੇ ਹੱਕਦਾਰ ਬਣ ਜਾਵਾਂਗੇ। ਤੇਰੇ ਬੇਟੇ ਯਿਸੂ ਮਸੀਹ ਦੇ ਰਾਹੀਂ ਤੇਰੀ ਵਡਿਆਈ ਅਤੇ ਉਸਤ ਕਰਾਂਗੇ। ਉਸ ਰਾਹੀ ਅਤੇ ਉਸ ਨਾਲ ਅਤੇ ਉਸਦੇ ਵਿੱਚ ਇੱਕ ਦਾ ਪੂਰੀ ਕੁਦਰਤ ਵਾਲੇ ਬਾਪ ਰੂਬਾਕ ਦੀ ਏਕਤਾ ਵਿੱਚ ਸਭ ਜਲਾਲ ਅਤੇ ਵਡਿਆਈ ਤੇਰੀ ਹੀ ਹੈ, ਸਦਾ ਤੋਂ ਸਦਾ ਤੀਕਰ, ਆਮੀਨ। ਅਸੀਂ ਸਾਰਿਆਂ ਦੀ ਬੇਨਤੀ ਸੁਣਨ ਵਾਲੇ ਖੁਦਾ ਬਾਪ, ਅਸੀਂ ਸਾਰਿਆਂ ਨੂੰ ਸ਼ਕਤੀ ਦੀ ਹਿੰਮਤ ਨਾਲ ਭਰਨ ਵਾਲੇ ਖੁਦਾ ਸਾਡੇ ਵਿੱਚ ਹਾਜ਼ਰ ਨੇ। ਆਓ ਅਸੀਂ ਇੱਕ ਪਲ ਆਪਣੀਆਂ ਮਿੰਨਤਾਂ ਜ਼ਰੂਰਤਾਂ ਨੂੰ ਯਾਦ ਕਰੀਏ। ਖੁਦਾ ਦੇ ਪਿਆਰ ਦੇ ਲਈ, ਖੁਦਾ ਦੇ ਨੂੰ ਅਤੇ ਖੁਦਾ ਦੇ ਵਚਨ ਨੂੰ ਪੜ੍ਹਨ ਦੇ ਲਈ, ਸਮਝਣ ਦੇ ਲਈ ਸਮਝ ਮੰਗੀਏ ਅਤੇ ਸਹੀ ਸਵਾਲ ਪੁੱਛਦੇ ਹੋਏ ਆਪਣੇ ਆਪ ਨੂੰ ਕਾਬੂ 'ਚ ਰੱਖਣ ਦੇ ਲਈ ਸ਼ਕਤੀ ਮੰਗੀਏ। ਬਾਕੀ ਸਾਰੀਆਂ ਮਿੰਨਤਾਂ ਇੱਕ ਵਾਰ ਫਿਰ ਆਪਣੇ ਅਸਮਾਨੀ ਬਾਪ ਅੱਗੇ ਰੱਖਦੇ ਹੋਏ ਪੁਕਾਰੀਏ। ਹੇ ਸਾਡੇ ਬਾਪ, ਜਿਹੜਾ ਤੂੰ ਅਸਮਾਨ ਉੱਤੇ ਹੈ, ਤੇਰਾ ਨਾਮ ਪਾਕ ਮੰਨਿਆ ਜਾਵੇ,
ਤੇਰਾ ਰਾਜ ਆਵੇ, ਤੇਰੀ ਮਰਜ਼ੀ ਜਿਸ ਤਰ੍ਹਾਂ ਆਸਮਾਨ ਉੱਤੇ ਪੂਰੀ ਹੁੰਦੀ ਹੈ ਜ਼ਮੀਨ ਉੱਤੇ ਵੀ ਹੋਵੇ। ਸਾਡੇ ਰੋਜ਼ ਦੀ ਰੋਟੀ ਆ ਸਾਨੂੰ ਦੇ, ਸਾਡੇ ਕਸੂਰ ਸਾਨੂੰ ਮਾਫ਼ ਕਰ ਜਿਸ ਤਰ੍ਹਾਂ ਅਸੀਂ ਆਪਣੇ ਕਸੂਰਵਾਰਾਂ ਨੂੰ ਮਾਫ਼ ਕਰਦੇ ਹਾਂ। ਸਾਨੂੰ ਅਜਮਾਇਸ਼ ਵਿੱਚ ਨਾ ਪਾ, ਸਗੋਂ ਬੁਰਾਈ ਤੋਂ ਬਚਾ। ਹੇ ਪ੍ਰਭੂ, ਅਸੀਂ ਪ੍ਰਾਰਥਨਾ ਕਰਦੇ ਹਾਂ, ਸਬਰਾਈਆ ਤੁਮ ਸਾਨੂੰ ਬਚਾ, ਆਪਣੇ ਰਹਿਮ ਨਾਲ ਸਾਡੇ ਦਿਨਾਂ ਵਿੱਚ ਸ਼ਾਂਤੀ ਦੇ, ਤਾਂ ਜੋ ਤੇਰੇ ਦਿਆ ਦੀ ਮਦਦ ਨਾਲ ਅਸੀਂ ਹਮੇਸ਼ਾ ਗੁਣਾਂ ਤੋਂ ਮੁਕਤ ਰਹੀਏ ਅਤੇ ਮੁਸੀਬਤ ਤੋਂ ਸੁਰੱਖਿਅਤ ਰਹੀਏ। ਜਿਵੇਂ ਮੁਬਾਰਕ ਉਮੀਦ ਰੱਖਦੇ ਹੋਏ ਅਸੀਂ ਇਸ ਮਸੀਹਾ ਸਾਡੇ ਮੁਕਤੀ ਦਾਤੇ ਦੀ ਆਉਣ ਦੀ ਉਡੀਕ ਕਰਦੇ ਹਾਂ, ਕਿਉਂ ਜੋ ਰਾਜ ਕੁਦਰਤ ਅਤੇ ਜਲਾਲ ਯੁਗ ਯੁਗ ਤੇਰਾ ਹੀ ਹੈ। ਹੇ ਪ੍ਰਭੂ, ਇਸ ਮਸੀਹਾ ਤੋਂ ਆਪਣੇ ਰਸੂਲਾਂ ਨੂੰ ਆਖਿਆ, ਮੈਂ ਤੁਹਾਨੂੰ ਸ਼ਾਂਤੀ ਦਿੰਦਾ ਹਾਂ, ਆਪਣੀ ਸ਼ਾਂਤੀ ਮੈਂ ਤੁਹਾਨੂੰ ਪ੍ਰਦਾਨ ਕਰਦਾ ਹਾਂ। ਤੂੰ ਸਾਡੇ ਗੁਨਾਹਾਂ ਨੂੰ ਨਹੀਂ ਸਗੋਂ ਆਪਣੀ ਕਲੀਸ ਦੇ ਮਾਨ ਨੂੰ ਵੇਖ ਅਤੇ ਉਸਨੂੰ ਆਪਣੀ ਮਰਜ਼ੀ ਮੁਤਾਬਿਕ ਸ਼ਾਂਤੀ ਦੇ ਇਕਤਾ ਪ੍ਰਦਾਨ ਕਰ। ਤੂੰ ਜੋ ਜੀਵਨ ਦਾ ਦਰਾਜ ਕਰਦਾ ਹੈ ਸਦਾ ਤੋਂ ਸਦਾ ਥੀਕ, ਆਮੇਨ। ਪ੍ਰਭੂ ਦੀ ਸ਼ਾਂਤੀ ਸਦਾ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਅਸੀਂ ਆਪ ਵਿੱਚ ਸ਼ਾਂਤੀ ਦਾ ਸਲਾਮ ਦੇ। ਐ ਲੇਲੇ ਖੁਦਾ ਦੇ, ਤੂੰ ਜਿਹੜਾ ਦੁਨੀਆਂ ਦੇ ਗੁਨਾਹ ਚੁੱਕ ਲੈਂਦਾ ਹੈ ਸਾਡੇ ਉੱਤੇ ਦਇਆ ਕਰ। ਐ ਲੇਲੇ ਖੁਦਾ ਦੇ, ਤੂੰ ਜਿਹੜਾ ਦੁਨੀਆਂ ਦੇ ਗੁਨਾਹ ਚੁੱਕ ਲੈਂਦਾ ਹੈ ਸਾਡੇ ਉੱਤੇ ਦਇਆ ਕਰ। ਐ ਲੇਲੇ ਖੁਦਾ ਦੇ, ਤੂੰ ਜਿਹੜਾ ਦੁਨੀਆਂ ਦੇ ਗੁਨਾਹ ਚੁੱਕ ਲੈਂਦਾ ਹੈ ਸਾਨੂੰ ਸ਼ਾਂਤੀ ਦੇ। ਦੇਖੋ ਖੁਦਾ ਦਲੀਲਾ, ਇਹਨੂੰ ਵੇਖੋ ਜਿਹੜੇ ਸੰਸਾਰ ਦੇ ਗੁਣਾਂ ਚੁੱਕ ਲੈਂਦਾ ਹੈ, ਤਨ ਨੂੰ ਜਿਹੜੇ ਲੇਲੇ ਦੇ ਪੋਜ ਲਈ ਸਦੇ ਗਏ ਹਨ। ਐ ਪ੍ਰਭੂ, ਮੈਂ ਇਸ ਯੋਗਤਾ ਨਹੀਂ ਹਾਂ ਕਿ ਤੂੰ ਮੇਰੀ ਸ਼ਰਤ ਲਿਆਵੇਂ, ਪਰ ਇੱਕ ਸ਼ਬਦ ਆਖ ਤਾਂ ਮੇਰੀ ਰੂਹ ਚੰਗੀ ਹੋ ਜਾਵੇਗੀ। ਪ੍ਰਭੂ ਇਸ ਮਸੀਹ ਦਾ ਬਦਨ ਤਲਹੋ ਸਾਨੂੰ ਸਦੀਵੀ ਜੀਵਨ ਲਈ ਸੰਭਾਲੀ ਰੱਖੇ, ਆਮੀਨ। ਰੋਟੀ ਤੂੰ ਜ਼ਿੰਦਗੀ ਦੀ ਸੁੱਖ ਵਰ ਦੇ, ਆਪੇ ਹਯਾਤ ਨਾਲੇ ਸਾਨੂੰ ਪਿਆਰ ਦੇ। ਰੋਟੀ ਤੂੰ ਜ਼ਿੰਦਗੀ ਦੀ ਸੁੱਖ ਵਰ ਦੇ, ਆਪੇ ਹਯਾਤ ਨਾਲੇ ਸਾਨੂੰ ਪਿਆਰ ਦੇ। ਰੋਟੀ ਤੂੰ ਜ਼ਿੰਦਗੀ ਦੀ ਸੁੱਖ ਵਰ ਦੇ, ਆਪੇ ਹਯਾਤ ਨਾਲੇ ਸਾਨੂੰ ਪਿਆਰ ਦੇ। ਰੋਟੀ ਤੂੰ ਜ਼ਿੰਦਗੀ ਦੀ ਸੁੱਖ ਬਾਲ ਦੇ, ਆਪੇ ਹਯਾਤ ਨਾਲੇ ਸਾਨੂੰ ਪਿਆਰ ਦੇ। ਆਪੇ ਹਯਾਤ ਨਾਲੇ ਸਾਨੂੰ ਪਿਆਰ ਦੇ। ਰੋਟੀ ਤੂੰ ਜ਼ਿੰਦਗੀ ਦੀ ਸੁੱਖ ਵਰ ਦੇ, ਆਪੇ ਹਯਾਤ ਨਾਲੇ ਸਾਨੂੰ।
ਅਸੀਂ ਪ੍ਰਾਰਥਨਾ ਕਰੀਏ। ਹੇ ਖੁਦਾ ਸਾਡੇ ਬਾਪ, ਆਪਣੇ ਬੇਟੇ ਦੇ ਬਦਨ ਅਤੇ ਲਹੂ ਨਾਲ ਤੂੰ ਸਾਨੂੰ ਰਜਾਇਆ ਹੈ, ਆਪਣੀ ਰੂਹ ਨਾਲ ਸਾਡੀ ਗਵਾਹੀ ਕਰ, ਤਾਂ ਜੋ ਅਸੀਂ ਸਿਰਫ ਗੱਲਾਂ ਨਾਲ ਹੀ ਨਹੀਂ ਸਗੋਂ ਸਾਡੇ ਕਰਮਾਂ ਅਤੇ ਜ਼ਿੰਦਗੀ ਨਾਲ ਤੇਰੀ ਗਵਾਹੀ ਦੇ ਸਕੀਏ ਅਤੇ ਇਸ ਸੁਰਗ ਵਿੱਚ ਦਾਖਲ ਹੋਣ ਦੇ ਲਾਇਕ ਬਣ ਜਾਈਏ। ਸਾਡੇ ਪ੍ਰਭੂ ਮਸੀਹ ਰਾਹੀਂ ਆਮੀਨ। ਪ੍ਰਭੂ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਪੂਰੀ ਕੁਦਰਤ ਵਾਲੇ ਖੁਦਾ ਬਾਪ, ਬੇਟਾ ਤੇ ਰੂਹ ਪਾਕ ਤੁਸ ਸਾਰਿਆਂ ਨੂੰ ਆਸ਼ੀਰਵਾਦ ਦੇਵੇ। ਆਮੀਨ। ਕੁਰਬਾਨੀ ਚੜਾਈ ਗਈ ਹੈ, ਪ੍ਰਭੂ ਦੀ ਸ਼ਾਂਤੀ ਵਿੱਚ ਜਾਈਏ। ਖੁਦਾ ਦਾ ਸ਼ੁਕਰ ਹੋਵੇ। ਦੁਆ ਯਾਦ ਕਰ, ਯਾਦ ਕਰ ਐ ਨਹਾਇਤ ਮਿਹਰਬਾਨ ਕੁਵਾਰੀ ਮਰੀਮ, ਭਈ ਕਦੇ ਨੇ ਸੁਣਿਆ ਗਿਆ ਕਿ ਕੋਈ ਵੀ ਤੇਰੀ ਪਨਾਹ ਲੱਭਦਿਆਂ, ਤੇਰੀ ਮਦਦ ਚਾਹੁੰਦਿਆਂ, ਤੇਰੀ ਸਿਫਾਰਿਸ਼ ਮੰਗਦਿਆਂ ਤੇਤੋਂ ਖਾਲੀ ਗਿਆ ਹੋਵੇ। ਐ ਕੁਵਾਰੀ ਕੁਵਾਰੀਆਂ ਦੀ ਅਤੇ ਮੇਰੀ ਮਾਂ, ਇਸ ਤਸੱਲੀ ਨਾਲ ਮੈਂ ਤੇਰੇ ਕੋਲ ਨੱਸ ਕੇ ਆਉਂਦਾ ਹਾਂ ਅਤੇ ਤੇਰੇ ਕੇ ਖਲੋ ਕੇ ਮੈਂ ਗੁਣਾ ਹੀ ਰੋਂਦਾ ਹਾਂ। ਐ ਦਿੱਤਾਈ ਹੋਈ ਕਲਾਮ ਦੀ ਮਾਂ, ਤੂੰ ਮੇਰੀ ਅਰਜ਼ਾਂ ਨੂੰ ਹਕੀ ਨਾ ਜਾਣ, ਸਗੋਂ ਮਿਹਰਬਾਨੀ ਨਾਲ ਸੁਣ ਅਤੇ ਕਬੂਲ ਕਰ। ਆਮੀਨ। ਮੁਬਾਰਕ ਮਾਂ ਮਰੀਮ, ਸ਼ਾਂਤੀ ਦੀ ਰਾਣੀ, ਸਾਡੇ ਲਈ ਦੁਆ ਕਰ। ਉੱਚਾਂ ਦਰਤ ਪਾਤੇ ਉੱਚੀਆਂ ਦਿਸ਼ਾਂ ਨੇ, ਉੱਚਾਂ ਦਰਤ ਪਾਤੇ ਉੱਚੀਆਂ ਦਿਸ਼ਾਂ ਨੇ, ਉੱਚਾਂ ਦਰਤ ਪਾਤੇ ਉੱਚੀਆਂ ਦਿਸ਼ਾਂ ਨੇ, ਉੱਚਾਂ ਦਰਤ ਪਾਤੇ ਉੱਚੀਆਂ ਦਿਸ਼ਾਂ ਨੇ। ਮਾਂ ਮਰੀਮ ਸਾਰੇ ਜਗ ਦੀ ਮਾਏ, ਮਾਂ ਮਰੀਮ ਸਾਰੇ ਜਗ ਦੀ ਮਾਏ, ਮਾਂ ਮਰੀਮ ਸਾਰੇ ਜਗ ਦੀ ਮਾਏ, ਮਾਂ ਮਰੀਮ ਸਾਰੇ ਜਗ ਦੀ ਮਾਏ। ਉੱਚਾ ਦਰੁਤ ਪਾਤੇ ਉੱਚੀਆਂ ਦਿਸ਼ਾਂ ਨੇ, ਉੱਚਾ ਦਰੁਤ ਪਾਤੇ ਉੱਚੀਆਂ ਦਿਸ਼ਾਂ, ਉੱਚਾ ਦਰੁਤ ਪਾਤੇ ਉੱਚੀਆਂ ਦਿਸ਼ਾਂ ਨੇ, ਉੱਚਾ ਦਰੁਤ ਪਾਤੇ ਉੱਚੀਆਂ ਦਿਸ਼ਾਂ ਨੇ। ਮਾਂ ਮਰੀਮ ਸਾਰੇ ਜਗ ਦੀ ਮਾਏ, ਮਾਂ ਮਰੀਮ ਸਾਰੇ ਜਗ ਦੀ ਮਾਏ, ਮਾਂ ਮਰੀਮ ਸਾਰੇ ਜਗ ਦੀ ਮਾਏ, ਮਾਂ ਮਰੀਮ ਸਾਰੇ ਜਗ ਦੀ ਮਾਏ। ਵਚਨਾਂ ਨੂੰ ਦਿਲ ਚ ਜੋ ਜਮਾ ਕਰ ਰੱਖਦੀ, 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 ਸਾਰੀਆਂ ਮੁਰਾਦਾਂ ਮਾਤਾ ਪੂਰੀ ਕਰ ਸਕਦੀ, ਸਾਰੀਆਂ ਮੁਰਾਦਾਂ ਮਾਤਾ ਪੂਰੀ ਕਰ ਸਕਦੀ। ਬੇਜਾਨਾਂ ਵਿੱਚ ਪਰੇ ਮਰੀਮ ਜਾਹਨੀ, ਬੇਜਾਨਾਂ ਵਿੱਚ ਪਰੇ ਮਰੀਮ ਜਾਹਨੀ, ਬੇਜਾਨਾਂ ਵਿੱਚ ਪਰੇ ਮਰੀਮ ਜਾਹਨੀ, ਬੇਜਾਨਾਂ ਵਿੱਚ ਪਰੇ ਮਰੀ
ਮਰੀਅਮ ਦਾਨੇ ਮਾਂ ਮਰੀਅਮ ਸਾਰੇ ਜਗ ਦੀ ਮਾਏ ਮਾਂ ਮਰੀਅਮ ਸਾਰੇ ਜਗ ਦੀ ਮਾਏ ਮੇਰੀ ਮਾਂ ਮਰੀਅਮ ਸਾਰੇ ਜਗ ਦੀ ਮਾਏ ਮਾਂ ਮਰੀਅਮ ਸਾਰੇ ਜਗ ਦੀ ਮਾਏ।